वसीयत बनाई आ मेरिया दराणियां जठाणिया ने, ठीक है। और कल सैशनियम दे गए सी, जो पूरा ओरिजिनल डाकूमेंट आ पेपर आ सारा मेरे पास, मेरे सहुरा साहब दे के गए, पंचायत दे विच राजीनामा करके गए, वंड के गए, तिना पुत्तां नूं जायदाद दे के गए। मेरा कब्जा सी, मेरा कब्जा कीते आ इन्हां ने पट के, मेरिया दराणियां जठाणियां ने, ते इन्हां ने जाली वसीयत तैयार की 2001 विच, ठीक है, जो कि ओरिजिनल पेपर मेरे पास सीगे। फिर इन्होंने मेरे घर से जिंदे लाते सर जी, फिर सरपंच ने जिंदे खिलाए। हुण वो मतलब के सारा डाकूमेंट मेरे पास सीगा, डीसी मैडम ने, हाई कोर्ट ने पूरी जांच करवाती है, ते एसडीओ मकेरियां नूं उन्होंने नोटिस किया सी कि इन्हों का बह के समझा के इन्हों का सोल्व किया जाए, तो सानू इहदी रिपोर्ट दिती जाए। तो एसडीओ साहब ने साडी कोई गल नहीं सुनी, साडी इनसल्ट कीती आ, बेइज्जती कीती आ, असीं सीनियर सिटी विच आ, तो सानू धक्के मार के पुलिस ने सानू बाहर कढ दिता। उन्हां दा कोई मतलब के उन्होंने बाहरों को बंदे मंगाए सीगे, ठीक है कि नहीं, जो ਅਸੀਂ ਕਿਸੇ ਨੂੰ ਜਾਣਦੇ ਨਹੀਂ, ਬੁੱਝਦੇ ਨਹੀਂ ਸੀਗੇ, ਸਾਨੂੰ ਕੁਛ ਪੁੱਛਿਆ ਤੱਕ ਨਹੀਂ ਐਸਡੀਓ ਨੇ, ਸਾਨੂੰ ਬੋਲਣ ਨਹੀਂ ਦਿੱਤਾ। ਜੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਸਰ ਜੀ ਤੁਸੀਂ ਕਿਹਾ ਸੀ ਕਿ ਕੋਈ ਨਹੀਂ ਮੈਡਮ ਜੀ ਮੈਂ ਘਰ ਵੀ ਜਾਵਾਂਗਾ, ਮੈਂ ਮੌਕਾ ਦੇਖਾਂਗਾ, ਤੁਹਾਡਾ ਕਰਾਂਗਾ, ਤੇ ਸਰ ਜੀ ਜਾਲੀ ਹੈ ਇੰਤਕਾਲ, ਜਾਲੀ ਵਸੀ ਤਾਂ ਤੁਸੀਂ ਇਸ ਮੁੱਦੇ ਤੇ ਇਹਨਾਂ ਨੂੰ ਦਾਬਾ ਮਾਰੋ, ਮੇਰਾ ਹੱਕ ਮੈਨੂੰ ਲੈ ਕੇ ਦੇ ਦਿਓ, ਮੇਰੇ ਘਰ ਲੈਟਰ ਨਹੀਂ ਹੈ, ਬਾਥਰੂਮ ਨਹੀਂ, ਅਸੀਂ ਸੀਨੀਅਰ ਸਿਟਿੰਗ ਹੈ, ਪਤੀ ਮੇਰਾ ਬਿਮਾਰ ਚੱਲਦਾ, ਤੇ ਅਸੀਂ ਬਾਹਰ ਜਾਣੇ ਦੀ ਵੀ ਸਾਨੂੰ ਤੰਗੀ, ਖੇਤਾਂ ਦੇ ਵਿੱਚ ਹੀ ਜਾਂਦੇ ਹਾਂ ਸਰ ਜੀ, ਅਸੀਂ ਹੱਦ ਤੋਂ ਜ਼ਿਆਦਾ ਤੰਗ ਆ, ਬੇਘਰ ਹੋ ਕੇ ਬੈਠੇ ਹਾਂ, 2007 ਸੇ ਅਸੀਂ ਧੱਕੇ ਖਾ ਰਹੇ ਹਾਂ, ਹੁਣ ਤਾਂ 2002 ਸਾਲ ਸੇ ਲਗਾਤਾਰ ਅਸੀਂ ਤੇ ਮੰਦਿਰ ਚ ਮਹਾਰਾਜ ਦੇ ਰਹਿ ਰਹੇ ਹਾਂ, ਠੀਕ ਹੈ ਨਾ। ਤੇ ਸਾਨੂੰ ਕੱਲ ਬਹੁਤ ਸਾਡੀ ਬੇਇੱਜ਼ਤੀ ਕੀਤੀ ਆ, ਅਸੀਂ ਬਿਮਾਰ ਹੋਏ ਹਾਂ, ਪਤੀ ਮੇਰਾ ਬਿਮਾਰ ਚੱਲਦਾ ਆ, ਉਹਦਾ ਮੈਡੀਕਲ ਚੱਲਦਾ, ਮੈਂ ਉਹਨਾਂ ਨੂੰ ਬਿਮਾਰ ਨੂੰ ਲੈ ਕੇ ਘੁੰਮ ਗਈ ਹਾਂ, ਤੇ ਸਾਡੀ ਐਸਡੀਓ ਨੇ ਕੋਈ ਸੁਣੀ ਨਹੀਂ, ਕਹਿੰਦਾ ਮੈਂ ਤੁਹਾਡੀ ਕੋਈ ਜਾਂਚ ਨਹੀਂ ਕਰਨੀ ਗੀ, ਮੈਂ ਡੀਸੀ ਨੂੰ ਲਿਖ ਕੇ ਭੇਜ ਦੇਣਾ ਆ, ਤੁਸੀਂ ਬੋਲਦੇ ਆ ਤੇ ਤੁਸੀਂ ਸੁਣਦੇ, ਮਤਲਬ ਕਿ ਮੇਰੀ ਉਹਨੇ ਕੋਈ ਗੱਲ ਨਹੀਂ ਜੀ ਸੁਣੀ। ਇਹ ਸਾਰੀ ਪ੍ਰਾਪਰਟੀ ਜੋ ਹੈ ਮੈਂ ਫੌਜ ਵਿੱਚ ਰਹਿ ਕੇ ਪਿਤਾ ਦੇ ਨਾਂ ਤੇ ਕਰਾਈ, ਖਰੀਦ ਕਰਾ ਕੇ, ਮੇਰੇ ਪਿਤਾ 2002 ਵਿੱਚ ਇਹ ਵੰਡ ਕੇ ਗਏ ਆਪਣੇ ਤਿੰਨਾਂ ਪੁੱਤਾਂ ਨੂੰ, ਸੋਹਣ ਲਾਲ, ਹਰਮਨ ਸਲਾਲ ਤੇ ਦੀਵਾਨ ਚੰਦ ਨੂੰ। ਸਰ ਜੀ ਮੈਂ ਬਾਹਰ, ਮੇਰੀ 5 ਸਾਲ ਨੌਕਰੀ ਸੀ, 2005 ਵਿੱਚ ਮੈਂ ਆਰਮੀ ਤੋਂ ਰਿਟਾਇਰ ਹੋਇਆ, 34 ਸਾਲ ਮੈਂ ਨੌਕਰੀ ਕੀਤੀ। ਮੇਰਾ ਉਸ 34 ਸਾਲਾਂ ਤੇ ਮੈਂ ਇੰਨਾ ਵਿਸ਼ਵਾਸ ਕੀਤਾ ਸੀ ਪਰਿਵਾਰ ਤੇ ਕਿ ਮੇਰੇ ਨਾਲ ਇਹ ਅਨਿਆਏ ਨਹੀਂ ਕਰਨਗੇ, ਲੇਕਿਨ ਮੇਰੇ ਵੱਡੇ ਭਰਾ ਨੇ, ਉਹਦੇ ਬੱਚਿਆਂ ਨੇ ਮਿਲ ਕੇ ਇੱਕ ਜਾਲੀ ਵਸੀਅਤ ਬਣਾਈ, ਜਾਲੀ ਵਸੀਅਤ ਬਣਾ ਕੇ ਇੰਤਕਾਲ ਜਾਲੀ ਕਰਾ ਕੇ ਉਹ ਤੋਂ ਬਾਅਦ ਸਾਨੂੰ ਘਰੋਂ ਬੇਦਖਲ ਕੀਤਾ। ਅਸੀਂ ਅੱਜ ਮੰਗਾਂ ਵਿੱਚ ਸਰਜੀਤ ਸੋਹਣ ਲਾਲ ਇਹਨਾਂ ਨੇ ਮਿਲ ਕੇ ਸਾਰੇ ਬੱਚਿਆਂ ਦੇ ਨਾਂ ਉਹਦੇ ਵਿੱਚ ਪਰਿਵਾਰ ਦੇ, ਜਿਹੜੀ ਜਾਲੀ ਵਸੀਅਤ ਬਣਾਈ ਹੈ, ਡੀਸੀ ਮੈਡਮ ਨੇ ਇਹਨਾਂ ਨੂੰ ਆਰਡਰ ਦੇ ਕੇ ਗਈ ਹੈ ਕਿ ਜਿਸ ਤਰ੍ਹਾਂ ਖੁਸ਼ੀ ਰਾਮ ਨੇ ਤਿੰਨਾਂ ਪੁੱਤਾਂ ਨੂੰ ਜਾਇਦਾਦ ਵੰਡੀ ਸੀ, ਉਸੇ ਤਰ੍ਹਾਂ ਇਹਨਾਂ ਤਿੰਨਾਂ ਪੁੱਤਾਂ ਦੇ ਨਾਂ ਤੇ ਵਾਪਸ ਕਰਾਈ ਜਾਏ ਇੰਤਕਾਲ ਤੋੜ ਕੇ। ਜੋ ਵੀ ਇਨਕੁਆਇਰੀ ਮੇਰੇ ਕੋਲ ਆਈ ਹੋਈ ਹੈ ਉਹਦੇ ਵਿੱਚ ਦੋਨੇ ਧਿਰਾਂ ਨੂੰ ਸੁਣ ਕੇ ਜੋ ਫੈਕਟ ਆਫ ਦਾ ਕੇਸ ਹੋਣਗੇ, ਜੋ ਉਹਨਾਂ ਦਾ ਬਣਦਾ ਹੋਗਾ, ਉਹ ਅਸੀਂ ਡੀਸੀ ਸਾਹਿਬ ਨੂੰ ਰਿਪੋਰਟ ਕਰ ਦਾਂਗੇ, ਉਹ ਆਲਮੋਸਟ ਫਾਈਨਲ ਹੋ ਚੁੱਕੀ, ਅਸੀਂ ਭੇਜ ਰਹੇ ਹਾਂ ਡੀਸੀ ਸਾਹਿਬ। ਪਹਿਲਾਂ ਵੀ 3-4 ਵਾਰੀ ਇਸੇ ਸੇਮ ਕੇਸ ਦੀ ਇਨਕੁਆਇਰੀ ਹੋ ਕੇ ਰਿਪੋਰਟਸ ਜਾ ਚੁੱਕੀਆਂ ਨੇ ਤੇ ਮੈਨੂੰ ਮਾਰਕ ਹੋਈ ਸੀ। ਇਸ ਤੋਂ ਬਾਅਦ ਮੈਂ ਵੀ ਹੁਣ ਜਲਦੀ ਤੋਂ ਜਲਦੀ ਜੋ ਵੀ ਫੈਕਟਸ ਆਫ ਦਾ ਕੇਸ ਹੋਣਗੇ ਉਹਦੀ ਇਨਕੁਆਇਰੀ ਕਰਕੇ ਡਿਟੇਲ 'ਚ ਦੋਨੇ ਧਿਰਾਂ ਨੂੰ ਬੁਲਾ ਕੇ ਉਹ ਅਸੀਂ ਆਲਮੋਸਟ ਕੰਮ ਕੰਪਲੀਟ ਕਰ ਚੁੱਕੇ ਹਾਂ, ਫਿਰ ਇਹਦਾ ਰਿਪੋਰਟ ਡੀਸੀ ਸਾਹਿਬ ਨੂੰ ਭੇਜ ਦਿੱਤੀ ਜਾਵੇ।